ਇੰਡੀਆ ਨਿਊਜ਼। ਅੰਮ੍ਰਿਤਸਰ ਤੋਂ ਵੱਡੀ ਖਬਰ ਹੈ, ਜਿੱਥੇ ਜਲਿਆਂਵਾਲਾ ਬਾਗ ਤੋਂ ਦੇ ਲਈ ਟਿਕਟ ਜਿਹੜੀ ਹੈ ਉਹ ਲਗਾਈ ਜਾਏਗੀ। ਅੰਮ੍ਰਿਤਸਰ ਤੋਂ ਫਿਲਹਾਲ ਵੱਡੀ ਖਬਰ ਦੀ ਗੱਲ ਕਰ, ਵੱਡੀ ਖਬਰ ਅੰਮ੍ਰਿਤਸਰ ਤੋਂ ਮਾਝਾ ਤੋਂ ਸ਼ੁਰੂਆਤ, ਜਿੱਥੇ ਜਲਿਆਂਵਾਲਾ ਬਾਗ ਜਿਸਦੀ ਕਿ ਟਿਕਟ ਲਗਾਉਣ ਦਾ ਫੈਸਲਾ ਕੀਤਾ ਗਿਆ। ਕੇਂਦਰ ਸਰਕਾਰ ਲਗਾਉਣ ਜਾ ਰਹੀ ਹੈ ਟਿਕਟ, ਯਾਨੀ ਕਿ ਇਸ ਤੋਂ ਪਹਿਲਾਂ ਜਲਿਆਂਵਾਲਾ ਬਾਗ ਕੋਈ ਵੀ ਟਿਕਟ ਨਹੀਂ ਸੀ ਲੱਗਦੀ, ਆਰਾਮ ਦੇ ਨਾਲ ਜਾ ਕੇ ਲੋਕ ਬਿਨਾਂ ਟਿਕਟ ਤੋਂ ਵੇਖ ਸਕਦੇ ਸਨ। ਸ਼ਹੀਦ ਪਰਿਵਾਰ ਜਿਹੜੇ ਨੇ ਅਤੇ ਉਹਨਾਂ ਦੇ ਨਾਲ ਰਾਜਕੁਮਾਰ ਵੇਰਕਾ ਜਿਹੜੇ ਨੇ ਉਹ ਡਰ ਚੁੱਕੇ, ਉਹਨਾਂ ਦਾ ਸਾਫ਼ ਤੌਰ 'ਤੇ ਕਹਿਣਾ ਕਿ ਇਸ ਅਸਥਾਨ ਦੇ ਲਈ ਟਿਕਟ ਜਿਹੜੀ ਹੈ ਉਹ ਨਹੀਂ ਲਗਾਉਣ ਦਿੱਤੀ ਜਾਏਗੀ। ਸ਼ਹੀਦਾਂ ਦੇ ਪਰਿਵਾਰ ਦੇ ਨਾਲ ਰਾਜਕੁਮਾਰ ਵੇਰਕਾ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ। ਐਕਸਕਲੂਸਿਵ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ, ਐਕਸਕਲੂਸਿਵ ਤਸਵੀਰਾਂ ਵੇਖ ਸਕਦੇ ਹੋ, ਇਹ ਮੇਨ ਗੇਟ ਜਲਿਆਂਵਾਲਾ ਬਾਗ ਦਾ, ਜਿੱਥੇ ਰਾਜਕੁਮਾਰ ਵੇਰਕਾ ਦੇ ਸਮੇਤ ਸ਼ਹੀਦਾਂ ਦੇ ਪਰਿਵਾਰ ਜਿਹੜੇ ਨੇ ਉਹ ਡਟੇ ਹੋਏ ਨੇ। ਸਾਫ਼ ਤੌਰ 'ਤੇ ਉਹਨਾਂ ਦਾ ਕਹਿਣਾ ਕਿ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿ ਜਲਿਆਂਵਾਲਾ ਬਾਗ ਨੂੰ ਵੇਖਣ ਦੇ ਲਈ ਟਿਕਟ ਲਗਾਈ ਜਾਵੇ। ਸੋ ਪਹਿਲਾਂ ਸੈਲਾਨੀ ਆਉਂਦੇ ਸਨ ਅਤੇ ਇਸ ਇਤਿਹਾਸਿਕ ਥਾਂ ਨੂੰ ਵੇਖਦੇ ਸਨ, ਜਿੱਥੇ ਕਿ ਕਈ ਲੋਕਾਂ ਦਾ ਖੂਨ ਡੋਲਿਆ ਹੋਇਆ, ਉਹ ਇਤਿਹਾਸਿਕ ਖੂਹ ਹੈ। ਇਸ ਤੋਂ ਇਲਾਵਾ ਹੋਰ ਕਈ ਅਜਿਹੇ ਉਹ ਪਵਿੱਤਰ ਅਸਥਾਨ 'ਤੇ ਕਾਫੀ ਕੁਛ ਇੱਥੇ ਮੌਜੂਦ ਹੈ ਜੋ ਇਤਿਹਾਸ ਨੂੰ ਫਿਰ ਤੋਂ ਜਿਉਂਦਾ ਕਰ ਦਿੰਦਾ। ਸੋ ਸਾਫ਼ ਤੌਰ 'ਤੇ ਰਾਜਕੁਮਾਰ ਵੇਰਕਾ ਦਾ ਕਹਿਣਾ ਕਿਸੇ ਕੀਮਤ 'ਤੇ ਟਿਕਟ ਜਿਹੜੀ ਨਹੀਂ ਲਗਾ ਦਿੱਤੀ ਜਾਏਗੀ। ਸੋ ਯਾਦ ਕਰਵਾ ਦਈਏ, ਥੋੜ੍ਹੇ ਸਮੇਂ ਤੋਂ ਪਹਿਲਾਂ ਭਾਜਪਾ ਸਰਕਾਰ, ਖਾਸ ਤੌਰ 'ਤੇ ਸ਼ਵੇਤ ਮਲਿਕ ਇੱਥੋਂ ਆਉਂਦੇ ਸਨ ਅਤੇ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਦੁਬਾਰਾ ਟੈਰੀਟਰੀ ਕਰਕੇ ਜਲਿਆਂਵਾਲਾ ਬਾਗ ਨੂੰ ਉਸਾਰਿਆ ਜਾ ਰਿਹਾ। ਇੱਥੇ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਨਵੀਆਂ ਬਣਾਈਆਂ ਜਾ ਰਹੀਆਂ ਨੇ, ਇਤਿਹਾਸ ਨੂੰ ਇਸ ਅਸਥਾਨ ਨੂੰ ਸਾਂਭ ਕੇ ਰੱਖਣ ਦੇ ਲਈ ਕਾਫ਼ੀ ਕੁਝ ਤੰਦਰੁਸਤ ਕੀਤਾ ਜਾ ਰਿਹਾ। ਪਰ ਉੱਥੇ ਦੂਸਰੇ ਪਾਸੇ ਹਮੇਸ਼ਾ ਤੋਂ ਖਿਲਾਫਤ ਕਰਦਾ ਆ ਰਿਹਾ। ਕਾਂਗਰਸ ਪਾਰਟੀ ਦੀ ਗੱਲ ਕਰੀਏ, ਇੱਥੋਂ ਦੇ ਨੇਤਾਵਾਂ ਦੀ ਗੱਲ ਕਰੀਏ, ਇਹਦਾ ਸਾਫ਼ ਤੌਰ 'ਤੇ ਕਹਿਣਾ ਕਿ ਪੁਰਾਣੀਆਂ ਅਵਸਥਾ, ਇਤਿਹਾਸਿਕ ਮੂਰਤਾਂ ਜਿਹੜੀਆਂ ਨੇ ਉਹੀ ਅਸਥਾਨਾਂ ਨੂੰ ਖਰਾਬ ਕਰ ਦਿੱਤਾ ਗਿਆ, ਉਹ ਦੇਖਣ ਲਾਇਕ ਨੇ। ਐਕਸਕਲੂਸਿਵ ਤਸਵੀਰਾਂ ਦੇ ਨਾਲ ਵਿਖਾ ਰਹੇ ਹਾਂ ਤੁਹਾਨੂੰ, ਖਾਸ ਤੌਰ 'ਤੇ ਇਹ ਤਸਵੀਰਾਂ ਜਿੱਥੇ ਕਿ ਰਾਜਕੁਮਾਰ ਵੇਰਕਾ ਔਰ ਉਹ ਸ਼ਹੀਦਾਂ ਦੇ ਪਰਿਵਾਰ ਜਿਹੜੇ ਨੇ ਉਹ ਡਟੇ ਹੋਏ ਨੇ। ਸਾਫ਼ ਤੌਰ 'ਤੇ ਕਹਿਣਾ ਕਿ ਇਸ ਅਸਥਾਨ ਨੂੰ ਬੇਸ਼ੱਕ ਜੋ ਮਰਜ਼ੀ ਤੰਦਰੁਸਤ ਕੀਤਾ ਗਿਆ ਹੋਵੇ, ਪੈਸਾ ਲਗਾਇਆ ਹੋਵੇ, ਪਰ ਆਮ ਸੈਲਾਨੀ ਜਿਹੜੇ ਨੇ ਉਹ ਟਿਕਟ ਨਹੀਂ ਦੇ। ਬਾਕੀ ਸ਼ਹਾਦਤ ਦੇਣ ਵਾਲੇ ਸ਼ਹੀਦ ਅੱਜ ਜਲਿਆਂਵਾਲੇ ਬਾਗ ਕਾ 100 ਸਾਲਾ ਹਮ ਮਨਾਨੇ ਜਾ ਰਹੇ ਹੈ। ਔਰ ਦੂਸਰੀ ਤਰਫ ਕੇਂਦਰ ਕੀ ਨਰਿੰਦਰ ਮੋਦੀ ਕੀ ਸਰਕਾਰ ਯਹਾਂ ਪੇ ਜਜੂਆ ਟੈਕਸ ਲਗਾਉਣਾ ਚਾਹਤੀ ਹੈ, ਯਹਾਂ ਪੇ ਟਿਕਟ ਲਗਾਉਣਾ ਚਾਹਤੀ। ਅਰੇ ਕਿਸੀ ਟਿਕਟ ਤੋਂ ਲੈ ਲੋ ਭਈਆ, ਪੈਸਾ ਹਮ ਪੇ ਟੈਕਸ ਲਗਾ ਦੋ। ਲੇਕਿਨ ਯੇ ਕਿਆ ਕਾਮ ਹੈ ਕਿ ਸ਼ਹੀਦ ਊਧਮ ਸਿੰਘ ਕੇ ਸਟੈਚੂ ਕੇ ਆਗੇ ਆਪਨੇ ਯੇ ਦੁਕਾਨ ਖੋਲ ਲਈ ਰਿਕਵਰੀ ਕੀ, ਔਰ ਉਸਕੋ ਢੱਕ ਦਿਆ ਹੈ, ਔਰ ਉਸਕੋ ਨਜ਼ਰ ਨਹੀਂ ਆਨੇ ਦੇ ਰਹੇ ਬਾਹਰ ਸੇ ਊਧਮ ਸਿੰਘ ਕੋ, ਤੋ ਮੈਂ ਸਮਝਤਾ ਹੂੰ ਕਿ ਜੋ ਸ਼ਹੀਦੋਂ ਕਾ ਅਪਮਾਨ ਕਰੇਗਾ ਵੋ ਕੁੱਤੇ ਕੀ ਮੌਤ ਮਰੇਗਾ, ਔਰ ਸ਼ਹੀਦ ਕੇ ਭਗਤ ਸਿੰਘ ਕੇ ਨੌਜਵਾਨ ਬਰਦਾਸ਼ਤ ਨਹੀਂ ਕਰੇਗੇ, ਊਧਮ ਸਿੰਘ ਕੇ ਨੌਜਵਾਨ ਬਰਦਾਸ਼ਤ ਨਹੀਂ ਕਰੇਗੇ। ਔਰ ਯੇ 15 ਦਿਨ ਕਾ ਅਲਟੀਮੇਟਮ ਯੇ ਕੇਂਦਰ ਕੀ ਸਰਕਾਰ ਕੋ ਦਿਆ ਗਿਆ ਹੈ, 15 ਦਿਨ ਕੇ ਅੰਦਰ ਯੇ ਜਜੀਆ ਕੀ ਦੁਕਾਨ ਬੰਦ ਕਰੇ, ਆਪਨੇ ਪਹਿਲੇ ਵੀ ਹਮਾਰੇ ਇਤਿਹਾਸ ਕੋ ਕਲੰਕਿਤ ਕਰਨੇ ਕੀ ਕੋਸ਼ਿਸ਼ ਕੀ ਹੈ। ਸਾਫ਼ ਤੌਰ 'ਤੇ ਕਹਿ ਦਿੱਤਾ ਰਾਜਕੁਮਾਰ ਵੇਰਕਾ ਉਹਨਾਂ ਨੇ ਕਿ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ, ਖਾਸ ਤੌਰ 'ਤੇ ਸ਼ਹੀਦਾਂ ਦੇ ਪਰਿਵਾਰ ਜਿਹੜੇ ਨੇ ਉਹ ਬਰਦਾਸ਼ਤ ਨਹੀਂ ਕਰਨਗੇ। ਇਸ ਬਾਬਤ ਵਧੇਰੇ ਜਾਣਕਾਰੀ ਦੀ ਗੱਲਬਾਤ ਦੇ ਲਈ ਸਾਡੇ ਨਾਲ ਰਾਜੇਸ਼ ਕਿਲਾ ਅੰਮ੍ਰਿਤਸਰ ਤੋਂ ਮੌਜੂਦ ਨੇ। ਰਾਜੇਸ਼, ਖਾਸ ਤੌਰ 'ਤੇ ਜ਼ਿਕਰ ਕਰੀਏ ਤਾਂ ਕੁਛ ਸਮਾਂ ਪਹਿਲਾਂ ਗੱਲਬਾਤ ਤੁਸੀਂ ਵੀ ਕੀਤੀ ਸੀਗੀ ਉਸ ਮੌਕੇ 'ਤੇ, ਭਾਜਪਾ ਦੇ ਜਿਹੜੇ ਲੀਡਰ ਸਨ ਉਹ ਆਏ ਸਨ, ਉਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਤੰਦਰੁਸਤ ਕਰ ਰਹੇ ਹਾਂ ਜਲਿਆਂਵਾਲਾ ਬਾਗ ਨੂੰ, ਉਹ ਪਵਿੱਤਰ ਸਥਾਨ, ਇਸ ਨੂੰ ਹੋਰ ਕੁਛ ਖਾਸ ਕੀਤਾ ਜਾ ਰਿਹਾ, ਬਹੁਤ ਵਧੀਆ ਚੀਜ਼ਾਂ ਇੱਥੇ ਕਰੀਆਂ ਜਾ ਰਹੀਆਂ। ਸਭ ਤੋਂ ਪਹਿਲਾਂ ਉਹ ਜਾਣਨਾ ਚਾਹਾਂਗੇ ਹੁਣ ਤੱਕ ਜਿਹੜੀ ਸਥਿਤੀ ਹੈਗੀ ਹੈ ਜਲਿਆਂਵਾਲਾ ਬਾਗ ਦੀ, ਇਸ ਅਸਥਾਨ ਦੀ ਕੀ ਕੁਝ ਇੱਥੇ ਕੀਤਾ ਗਿਆ, ਇੰਪਰੂਵਮੈਂਟ ਕੀ ਕੁਝ ਕੀਤੀ ਗਈ ਹੈ, ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਕਾਰੀ ਉਸਦੇ ਬਾਰੇ ਚਾਹਾਂਗੇ। ਦੇਖੋ ਜੀ, ਜਲਿਆਂਵਾਲੇ ਬਾਗ ਦੀ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਪਹਿਲੀ ਵਾਰ ਅਜਿਹੀ ਡਿਵੈਲਪਮੈਂਟ ਕੀਤੀ ਜਾ ਰਹੀ ਹੈ ਔਰ ਹਾਲੇ ਅੰਡਰ ਕੰਸਟਰਕਸ਼ਨ ਕੰਮ ਹੈ। ਤੁਹਾਨੂੰ ਦਿਖਾਉਣਾ ਚਾਹੂੰਗਾ, ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਚਾਦਰਾਂ ਲਗਾਈਆਂ ਗਈਆਂ ਹਨ, ਟੀਨ ਦੀਆਂ ਚਾਦਰਾਂ ਲਗਾਈਆਂ ਗਈਆਂ ਹਨ ਉਸ ਪਾਸੇ ਵੱਲ ਜਿੱਧਰ ਕਿ ਸ਼ਹੀਦੀ ਖੂਹ ਹੈ, ਉਸ ਪਾਸੇ ਵੱਲ ਕੰਸਟਰਕਸ਼ਨ ਕੀਤੀ ਜਾ ਰਹੀ ਹੈ। ਇਸ ਪਾਸੇ ਵੱਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਲਾਈਟ ਐਂਡ ਸਾਊਂਡ ਵਾਸਤੇ ਮੰਚ ਤਿਆਰ ਕੀਤਾ ਜਾ ਰਿਹਾ ਹੈ ਔਰ ਇਸ ਦੀ ਬਿਊਟੀਫਿਕੇਸ਼ਨ ਵਾਸਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਆਲੇ ਦੁਆਲੇ ਦੀ ਜਿਹੜੀਆਂ ਦੀਵਾਰਾਂ ਹਨ ਉਹਨਾਂ ਨੂੰ ਖੂਬਸੂਰਤ ਬਣਾਇਆ ਜਾ ਰਿਹਾ ਹੈ ਪੂਰੇ ਤਰੀਕੇ ਨਾਲ, ਜੋ ਇਹਦਾ ਪਲਾਨ ਲੇਆਊਟ ਕਰਕੇ ਸ਼ਵੇਤ ਮਲਿਕ ਜੋ ਕਿ ਟਰੱਸਟ ਦੇ ਮੈਂਬਰ ਹਨ ਉਹਨਾਂ ਨੇ ਪੂਰਾ ਇਹ ਪਲਾਨ ਸਮਝਾਇਆ ਸੀ ਕਿ ਕਿਸ ਢੰਗ ਨਾਲ ਇਸ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ, ਕਿਸ ਢੰਗ ਨਾਲ ਇਸ ਦੀ ਬਿਊਟੀਫਿਕੇਸ਼ਨ ਕੀਤੀ ਜਾ ਰਹੀ ਹੈ, ਤੇ ਉਸ ਦੇ ਮੱਦੇਨਜ਼ਰ ਹੀ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਇਸ ਤੇ
टिकट भी लाई लगाई जा सकती है क्योंकि जो इतने डिवेलपमेंट होनी है उस तो बाद जी सैलानी हैं उन्होंने आमद भी बननी है उन्होंने देखभाल वास्ते उन्होंने सुरक्षा वास्ते कई इंतजाम करने और इतने डेली की रूटीन बनानी है कि इतने जोड़े सैलानी आते हैं वो लगातार उन्होंने चंगा ट्रीटमेंट मिले और इस जी डिवेलपमेंट है वो कंटिन्यूटी बनी रहे इस करके उन्होंने कहा टिकट लानी पर शहीद परिवार वालों इसका लगातार विरोध किया जा रहा है और खास तौर पर हम डॉक्टर राजकुमार वेरका ने भी इसका विरोध किया है तो उन्होंने 15 दिन का अल्टीमेटम दिता है कि 15 दिन के अंदर अंदर जे ये फैसला वापस ना लिया गया तो वह इसका विरोध प्रदर्शन करेंगे बिल्कुल खास तौर पर की कह सकते हैं वड्डा सवाल यही है राजेश जिस तरीके ठीक है नवीनीकरण किया जा रहा है ठीक है सरकार पैसा लगा रही है पर की ये जायज़ हैगा एक बार पैसा लगा दिता उन्होंने उस तो बाद आम लोगों तो हर रोज़ वसूलिया जाएगा वो भी पता नहीं कितनी टिकट लगाई जाएगी हुण तक भी सब कुछ ठीक सीगा इत्थे ठीक है होर वधिया करना चाहिए और सरकार की जिम्मेवारी भी हैगी होर काफ़ी चीज़ा तो आम लोगों तो पैसा लिया जा रहा है काफ़ी टैक्सिस दे रही है हर पास तो सरकार पैसा ले रही है की कह जा सकता है इतने किन्नी टिकट जी है सब तो पहला ये जानकारी हैगी तो किन्नी टिकट लगाई जा सकती है एक पर्सन के मुताबिक इतने देखो हाले इस बारे तो जानकारी कोई निकल के सामने नहीं आई कि कितनी टिकट लगाई जानी है पर टिकट लगाउन दी जरूर गल की जा रही है और जाहिर तौर पे इस गल का इस करके विरोध किया जा रहा है कि शहीदां दी जिहड़ी यादगार है उस थां ते टिकट जी ਵਲੁੰਦਰੇ ਜਾਣਗੇ ਔਰ ਇਸ ਗੱਲ ਦਾ ਇਸੇ ਕਰਕੇ ਉਹ ਵਿਰੋਧ ਕਰ ਰਹੇ ਹਨ ਔਰ ਆਮ ਲੋਕ ਜਿਹੜੇ ਆਉਣਗੇ ਇੱਥੇ ਜਿਹੜੇ ਸੈਲਾਨੀ ਦੇ ਰੂਪ ਦੇ ਵਿੱਚ ਕਿਉਂਕਿ ਇਹਦੇ ਨਾਲ ਮੈਂ ਕਾਂਗਰਸੀ ਹੋ ਗਿਆ ਲੋਕ ਜਾਂਦੇ ਨੇ ਉਹਨਾਂ ਤੇ ਕਿਸੇ ਕਿਸਮ ਦੀ ਟਿਕਟ ਨਹੀਂ ਲੱਗਦੀ ਰਿਟ੍ਰੀਟ ਸੈਰਾਮਨੀ ਦੇਖਣ ਲੋਕ ਜਾਂਦੇ ਹਨ ਉਹਨਾਂ ਤੇ ਕਿਸੇ ਕਿਸਮ ਦੀ ਟਿਕਟ ਨਹੀਂ ਲੱਗਦੀ ਫਿਰ ਇੱਥੇ ਟਿਕਟ ਕਿਉਂ ਇਸ ਗੱਲ ਦਾ ਲੋਕ ਜਿਹੜੇ ਹਨ ਉਹ ਵਿਰੋਧ ਕਰ ਰਹੇ ਹਨ ਕੀ ਕੁਝ ਕਿਹਾ ਜਾ ਸਕਦਾ ਤੁਸੀਂ ਗੱਲਬਾਤ ਕੀਤੀ ਕਿਸੇ ਭਾਜਪਾ ਦੇ ਲੀਡਰ ਦੇ ਨਾਲ ਖਾਸ ਤੌਰ ਤੇ ਇਸ ਵੇਲੇ ਸ਼ਵੇਤ ਮਲਿਕ ਆਏ ਸਰ ਉਸ ਵੇਲੇ ਤੁਹਾਡਾ ਕੋਈ ਜ਼ਿਕਰ ਹੋਇਆ ਸੀਗਾ ਟਿਕਟ ਨੂੰ ਲੈ ਕੇ ਉਹਨਾਂ ਦਾ ਕੀ ਕੁਝ ਕਹਿਣਾ ਫਿਲਹਾਲ ਰਾਜੇਸ਼ ਦੇਖੋ ਉਸ ਵੇਲੇ ਇੱਕ ਵੱਡਾ ਪਹਿਲੂ ਇਹ ਸੀ ਕਿ ਉਸ ਵੇਲੇ ਜਿਹੜਾ ਇੱਥੇ ਸ਼ਹੀਦੀ ਠੀਕ ਹੈ ਰਾਜੇਸ਼ ਫਿਲਹਾਲ ਵਾਕਈ ਵੱਡਾ ਸਵਾਲ ਇਹ ਵੀ ਹੈਗਾ ਉਸ ਵੇਲੇ ਵੀ ਤੁਸੀਂ ਜਿਹੜੇ ਸਵਾਲ ਬਹੁਤ ਸਾਰੇ ਕੀਤੇ ਸੀਗੇ ਸ਼ਵੇਤ ਮਲਿਕ ਹੋਰਾਂ ਨੂੰ ਅਤੇ ਫਿਲਹਾਲ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਖਾਸ ਤੌਰ 'ਤੇ ਤਸਵੀਰਾਂ ਵਿਖਾ ਰਹੇ ਹਾਂ ਤੁਹਾਨੂੰ ਅਜੇ ਅੰਡਰ ਕੰਸਟਰਕਸ਼ਨ ਹੈਗਾ ਜਲਿਆਂਵਾਲਾ ਬਾਗ ਇੱਥੇ ਅਜੇ ਉਸਾਰੀ ਚੱਲ ਰਹੀ ਹੈ ਨਵੀਨੀਕਰਨ ਦੀ ਪਰ ਸਵਾਲ ਇਹ ਹੈ ਕਿ ਹੁਣ ਟਿਕਟ ਲਗਾਉਣ ਦੀ ਗੱਲ ਕਹੀ ਜਾ ਰਹੀ ਜੋ ਕਿ ਕਦੇ ਵੀ ਗਵਾਰਾ ਨਹੀਂ ਹੈ ਸ਼ਹੀਦਾਂ ਦੇ ਖਾਸ ਤੌਰ 'ਤੇ ਪਰਿਵਾਰ ਨੂੰ ਰਾਜਕੁਮਾਰ ਵੇਰਕਾ ਨੂੰ ਪਾਰਟੀ ਜਿਹੜੀ ਹੈ ਉਹ ਸਿੱਧੇ ਤੌਰ 'ਤੇ ਵਿਰੋਧ ਕਰ ਰਹੀ ਹੈ ਕੀ ਤੁਸੀਂ ਕੈਨੇਡਾ ਜਾ ਕਰਕੇ ਪੜ੍ਹਾਈ ਕਰਨਾ ਚਾਹੁੰਦੇ ਹੋ ਆਇਲਸ 1 ਮਡਿਊਲ 5.5 ਬੈਂਡ ਹੋਣ ਕਰਕੇ ਸੁਪਨਾ ਤੁਹਾਡਾ ਪੂਰਾ ਨਹੀਂ ਹੋ ਪਾ ਰਿਹਾ ਆਪਣੇ ਸ਼ਹਿਰ 'ਚ ਹੋ ਰਹੇ ਸੈਮੀਨਾਰ ਦਾ ਹਿੱਸਾ ਬਣੋ ਹੁਣੇ ਕਾਲ ਕਰੋ 90 419 90 419